ਸਵਾਗਤ ਹੈ ਜੀ ਤੁਹਾਡਾ ਇੱਕ ਵਾਰ ਫਿਰ ਤੋਂ ਮੇਰੇ ਇਸ ਯੂਟਿਊਬ ਚੈਨਲ ਦੇ ਵਿੱਚ, ਜਿਸ ਨੂੰ ਤੁਸੀਂ ਲਗਾਤਾਰ ਪਿਆਰ ਦੇ ਰਹੇ ਹੋ। ਹਾਂਜੀ, ਆਧੁਨਿਕ ਕਵੀਆਂ ਨਾਲ ਸੰਬੰਧਿਤ ਇਸ ਵੀਡੀਓ ਦੇ ਵਿੱਚ ਮੈਂ ਦੋ ਕਵੀਆਂ ਬਾਰੇ ਚਰਚਾ ਕਰਾਂਗਾ, ਬਾਬਾ ਬਲਵੰਤ ਅਤੇ ਹੀਰਾ ਸਿੰਘ ਦਰਦ। ਸ਼ੁਰੂ ਕਰਦੇ ਹਾਂ ਜੀ ਬਾਬਾ ਬਲਵੰਤ ਜੀ ਦੇ ਬਾਰੇ। ਬਾਬਾ ਬਲਵੰਤ ਦਾ ਜਨਮ ਅਗਸਤ 1915 ਵਿੱਚ ਪਿੰਡ ਨੇਸ਼ਟਾ, ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ। ਉਹਨਾਂ ਦਾ ਬਚਪਨ ਦਾ ਨਾਮ ਮੰਗਲ ਸੈਨ ਸੀ, ਫਿਰ ਬਲਵੰਤ ਰਾਏ ਅਤੇ ਬਾਅਦ ਵਿੱਚ ਬਾਬਾ ਬਲਵੰਤ ਬਣਿਆ। ਆਪ ਜੀ ਨੂੰ ਸਕੂਲੀ ਵਿੱਦਿਆ ਪ੍ਰਾਪਤ ਕਰਨ ਦਾ ਮੌਕਾ ਨਹੀਂ ਮਿਲਿਆ। ਉਹਨਾਂ ਨੇ ਆਪਣੀ ਮਿਹਨਤ ਨਾਲ ਸੰਸਕ੍ਰਿਤ, ਹਿੰਦੀ, ਉਰਦੂ ਅਤੇ ਫਾਰਸੀ ਭਾਸ਼ਾਵਾਂ ਸਿੱਖੀਆਂ ਅਤੇ ਸਾਹਿਤ ਦਾ ਅਧਿਐਨ ਕੀਤਾ। ਆਪਣੀਆਂ ਆਰਥਿਕ ਲੋੜਾਂ ਲਈ ਆਪ ਨੇ ਗੱਤੇ ਦੇ ਡੱਬੇ ਬਣਾਉਣ ਤੋਂ ਲੈ ਕੇ ਲਿਫਾਫੇ ਬਣਾਉਣ, ਸੂਤ ਦੀ ਰੰਗਾਈ ਦਾ ਕੰਮ ਅਤੇ ਖੱਦਰ ਦੀਆਂ ਟੋਪੀਆਂ ਬਣਾਉਣ ਦਾ ਕੰਮ ਵੀ ਕੀਤਾ। ਆਪ ਦੀ ਪਹਿਲੀ ਰਚਨਾ ਸ਼ੇਰ ਏ ਹਿੰਦੀ 1930 ਵਿੱਚ ਉਰਦੂ ਵਿੱਚ ਛਪੀ, ਜੋ ਅੰਗਰੇਜ਼ ਸਰਕਾਰ ਨੇ ਜ਼ਬਤ ਕਰ ਲਈ ਸੀ। ਪੰਜਾਬੀ ਵਿੱਚ ਆਪ ਦੀਆਂ ਕਾਵਿ ਰਚਨਾਵਾਂ ਹੇਠ ਲਿਖੀਆਂ ਹਨ। ਇਹਦੇ ਵਿੱਚ ਨੇ ਜੀ ਮਹਾਨਾਚ, ਅਮਰ ਗੀਤ, ਜਵਾਲਾਮੁਖੀ, ਬੰਦਰਗਾਹ, ਸੁਗੰਧ, ਸਮੀਰ। ਆਓ ਜੀ ਦੇਖਦੇ ਇਹਨਾਂ ਦੀ ਹੋਰ ਕੰਪਲੀਟ ਪੂਰੀ ਰਚਨਾ ਦੇ ਬਾਰੇ। ਬਾਬਾ ਬਲਵੰਤ, ਪਹਿਲਾਂ ਕਾਵਿ ਸੰਗ੍ਰਹਿ ਜੀ ਇਹਨਾਂ ਦਾ ਮਹਾਨਾਚ। ਇਹਦੇ ਵਿੱਚ ਸ਼ਾਮਿਲ ਕਵਿਤਾਵਾਂ ਨੇ ਸਿਤਾਰੇ, ਸੁਨਹਿਰੀ ਸ਼ਾਮ, ਸ਼ਾਮ ਦੀ ਲਾਲੀ, ਸ਼ਿਵ ਨਾਚ, ਖਿਡੌਣੇ, ਤੇਰਾ ਮੇਲ, ਦੂਰ ਇੱਕ ਬਹਿਲੀ ਖੜੀ, ਦੇਸ਼ ਭਗਤੀ, ਪਰਛਾਵੇਂ, ਫਲੂਸ, ਜਦ ਪਿਆਰ ਹੋਇਆ, ਜੀਵਨ, ਜ਼ਿੰਦਗੀ ਹੀ ਜ਼ਿੰਦਗੀ, ਤੇਰਾ ਇੱਕ ਦਿਲ ਹੈ ਜਾਂ ਦੋ, ਅਤੇ ਬਾਗੀ। ਇਹ ਸੀ ਜੀ ਕਵਿਤਾਵਾਂ ਮਹਾਨਾਚ ਦੇ ਵਿੱਚ। ਅੱਗੇ ਹੈ ਜੀ ਅਮਰ ਗੀਤ, ਇਸ ਵਿੱਚ ਸ਼ਾਮਿਲ ਰਚਨਾਵਾਂ ਨਾਲ ਤੁਹਾਡੀ ਜਾਣ ਪਛਾਣ ਕਰਵਾਉਂਦੇ ਹਾਂ। ਅਧੂਰਾ ਗੀਤ, ਆਸ ਗੀਤ, ਸਰੋਵਰ, ਸਾਂਝ, ਕਲਪਨਾ, ਕਾਫਲਾ, ਦੀਪਕ ਗੀਤ, ਪਿੱਪਲ ਦੀਆਂ ਛਾਵਾਂ, ਬੱਦਲ, ਫੁੱਲਾਂ ਰਾਣੀ, ਮੋਤੀਏ, ਮੌਤ ਦਾ ਗੀਤ, ਰੌਸ਼ਨੀ ਲਈ, ਵਣਜਾਰੇ। ਹਾਂਜੀ, ਇਹ ਸੀ ਅਮਰ ਗੀਤ ਦੇ ਵਿੱਚ। ਅੱਗੇ ਤੀਜਾ ਕਹਿ ਕਾਵਿ ਸੰਗ੍ਰਹਿ ਜਵਾਲਾਮੁਖੀ, ਇਸ ਵਿੱਚ ਸ਼ਾਮਿਲ ਨੇ ਦੇਸ਼, ਸਜ਼ਾ, ਅਨੋਖਾ ਖੁਦਾ, ਕਫਨ, ਰੱਬ ਦਾ ਹੁਕਮ ਫਰਿਸ਼ਤਿਆਂ ਨੂੰ, ਰੈਲਫ ਫੌਕਸ, ਤੇਰੀ ਕੌਣ ਸੁਣੇ, ਜਵਾਨੀ, ਤਰੱਕੀ, ਹਰਾਮੀ, ਨੌਕਰ, ਆਸ ਕਿਰਨ, ਨਾਚੀ, ਭੂਮ ਕੇਤੂ, ਉਸਤਾਦ। ਇਹ ਸੀ ਜੀ ਜਵਾਲਾਮੁਖੀ ਦੇ ਵਿੱਚ।
ਅੱਗੇ ਜੀ ਬੰਦਰਗਾਹ ਦੇ ਵਿੱਚ ਸ਼ਾਮਿਲ ਨੇ ਰਚਨਾਵਾਂ ਊਸ਼ਾ, ਉੱਠਾਂ ਵਾਲੇ, ਮੁਹੱਬਤ, ਜ਼ਿੰਦਗਾਨੀ ਏ, ਪਰਾਇਆ ਧਨ ਨਹੀਂ, ਇਹ ਗਜ਼ਲ ਹੈ ਜੀ। ਅੱਗੇ ਜੀ ਤੇਰਾ ਖਿਆਲ, ਇਹ ਸੀ ਇਹਨਾਂ ਦਾ ਚੌਥਾ ਕਾਵਿ ਸੰਗ੍ਰਹਿ। ਪੰਜਵਾਂ ਹੈਗਾ ਜੀ ਸੁਗੰਧ ਸਮੀਰ, ਕਿਨਾਰੇ ਕਿਨਾਰੇ, ਦੁਨੀਆ, ਨਵੀਨ ਆਸ, ਆਏ ਨਾ ਆਏ, ਉਸ ਦਾ ਹਾਰ, ਇਹ ਵੀ ਬਹੁਤ ਇੰਪੋਰਟੈਂਟ ਕਵਿਤਾ ਇਹਨਾਂ ਦੀ, ਉਸ ਦਾ ਹਾਰ। ਫੁੱਲ ਜੋ ਮੁਰਝਾ ਗਏ, ਲਾਲ ਕਿਲਾ, ਸਰਮਦ ਦੇ ਮਕਬਰੇ 'ਤੇ। ਹਾਂਜੀ, ਅਸੀਂ ਬਾਬਾ ਬਲਵੰਤ ਜੀ ਦੇ ਕਾਵਿ ਸੰਗ੍ਰਹਿਾਂ ਦੇ ਨਾਲ ਜਾਣ ਪਛਾਣ। ਉਮੀਦ ਕਰਦਾ ਕਿ ਤੁਹਾਨੂੰ ਮੇਰੀ ਵੀਡੀਓ ਜੀ ਪਸੰਦ ਆ ਰਹੀਆਂ ਹੋਣਗੀਆਂ। ਮਾਸਟਰ ਕੈਡਰ ਪੰਜਾਬੀ ਦੇ ਲਈ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜਾ ਕੇ ਜ਼ਰੂਰ ਦਿਓ। ਅਗਲੇ ਕਵੀ ਦੇ ਬਾਰੇ ਕਰਦੇ ਹਾਂ ਜੀ, ਨੌਵਾਂ ਕਵੀ ਹੀਰਾ ਸਿੰਘ ਦਰਦ। ਹੀਰਾ ਸਿੰਘ ਦਰਦ ਦਾ ਜਨਮ 30 ਸਤੰਬਰ 1899 ਈਸਵੀ ਨੂੰ ਪਿੰਡ ਘਗਰੋਟ, ਜ਼ਿਲ੍ਹਾ ਰਾਵਲਪਿੰਡੀ, ਹੁਣ ਪਾਕਿਸਤਾਨ ਦੇ ਵਿੱਚ ਪੈਂਦਾ ਹੈ, ਉੱਥੇ ਹੋਇਆ ਸੀ ਜੀ। ਉਹਨਾਂ ਦੇ ਪਰਿਵਾਰ ਦਾ ਸੰਬੰਧ ਪੁੰਛ ਦੇ ਕਸ਼ਮੀਰੀ ਪੰਡਿਤਾਂ ਦੇ ਪਰਿਵਾਰ ਨਾਲ ਸੀ, ਜਿਸ ਨੇ ਪੋਠੋਹਾਰ ਆ ਕੇ ਸਿੱਖੀ ਤੌਰ ਤਰੀਕੇ ਅਪਣਾ ਲਏ। ਉਹ ਅਖਬਾਰ ਨਵੀਸ ਅਤੇ ਲੇਖਕ ਸਨ। ਉਹਨਾਂ ਨੇ ਜਵਾਨੀ ਵਿੱਚ ਪੈਰ ਪਾਉਂਦਿਆਂ ਹੀ ਧਾਰਮਿਕ ਅਤੇ ਦੇਸ਼ ਭਗਤੀ ਵਾਲੀ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ। ਉਹ ਦੇਸ਼ ਦੀ ਆਜ਼ਾਦੀ ਲਈ ਕਈ ਵਾਰ ਜੇਲ੍ਹ ਵੀ ਗਏ। ਅੱਗੇ ਜੀ ਹੀਰਾ ਸਿੰਘ ਦਰਦ ਦੀ ਚੋਣਵੀਂ ਕਵਿਤਾ, ਇਹਦੇ ਵਿੱਚ ਨੇ ਜੀ ਉਛਾਲੇ, ਉੱਠੋ ਨੌਜਵਾਨੋ, ਉਪਕਾਰੀ ਹੰਝੂ, ਅੱਗੇ ਹੀ ਅੱਗੇ ਜਾਂਗੇ, ਅਧੂਰੀਆਂ ਸਧਰਾਂ, ਆਸਾਂ, ਇਤਿਹਾਸ ਦੀ ਬੋਲੀ, ਸਦਾ ਜਵਾਨੀ, ਸਾਵਨ ਆਇਆ, ਸੋਨ ਸੁਰਾਹੀ, ਅਨੰਦਪੁਰੀ ਪ੍ਰੀਤਮ ਦੇ ਦਰਸ਼ਨ, ਹੁਣੇ ਅੱਖ ਲੱਗੀ ਇਸ ਥੱਕੇ ਹੋਏ ਰਾਹੀ ਦੀ, ਕੋਇਲੇ, ਗੀਤ ਨਵਾਂ ਕੋਈ ਗਾ, ਖਿਜਾ ਬਿਨਾਂ ਨਹੀਂ ਆਵੇ ਪਹਿਲਾਂ ਬਹਾਰ ਪਹਿਲਾਂ, ਜਲਿਆਂ ਵਾਲੇ ਬਾਗ ਦੀ ਵਿਸਾਖੀ, ਇਹ ਵੀ ਉਹਨਾਂ ਦੀ ਇੰਪੋਰਟੈਂਟ ਕਵਿਤਾ ਜੀ। ਜੀਵਨ ਕਨੀਆਂ, ਝਾਤ, ਤੈਂ ਕੀ ਦਰਦ ਨਾ ਆਇਆ, ਧਰਤੀ ਮਾਤਾ ਬੋਲ, ਨਵੀਂ ਦੁਨੀਆ ਦਾ ਸੁਪਨਾ। ਅੱਗੇ ਨੇ ਜੀ ਸ਼ਹੀਦੀ ਲਹੂ, ਸਰੀਂ ਦੀਆਂ ਛਾਵਾਂ, ਕਸ਼ਮੀਰ, ਕਵੀ, ਚੰਨ ਨੂੰ, ਚੋਰ ਨੂੰ, ਮਾਂ ਦੀ ਗੋਦ, ਮੇਰੀਆਂ ਰੀਝਾਂ, ਵਿਸਾਖੀ ਦੀ ਯਾਦ, ਨੌਜਵਾਨ ਨੂੰ, ਪਰਦੇਸੀਆਂ ਦਾ ਸੁਨੇਹਾ, ਬਾਹੂਬਲ ਦੇ ਭਰੋਸੇ, ਬਾਬਾ ਗੁਰਦਿੱਤ ਸਿੰਘ ਜੀ ਦਾ ਦਿਲ, ਵਤਨ ਦੀ ਆਜ਼ਾਦੀ ਲਈ, ਵੇਖ ਮਰਦਾਨਿਆਂ ਤੂੰ ਰੰਗ ਕਰਤਾਰ ਦੇ, ਕਵੀ ਦਾ ਇੱਕ ਗੀਤ। ਹਾਂਜੀ, ਇਸੀ ਹੀਰਾ ਸਿੰਘ ਦਰਦ ਜੀ ਦੀਆਂ ਕਵਿਤਾਵਾਂ ਦੇ ਨਾਲ ਜਾਣ ਪਛਾਣ।
ਮਾਸਟਰ ਕੈਡਰ ਪੰਜਾਬੀ ਦੇ ਲਈ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਜ਼ਰੂਰ ਕਰੋ। ਉਮੀਦ ਕਰਦਾ ਕਿ ਤੁਹਾਨੂੰ ਮੇਰੀ ਵੀਡੀਓਜ਼ ਪਸੰਦ ਆ ਰਹੀਆਂ ਹੋਣਗੀਆਂ। ਇਸ ਚੈਨਲ ਉੱਪਰ ਜੋ ਵੀ ਵੀਡੀਓਜ਼ ਪਾਈਆਂ ਗਈਆਂ ਨੇ ਉਹ ਹਰ ਤਰ੍ਹਾਂ ਦੀ ਮੁਕਾਬਲੇ ਦੀ ਪ੍ਰੀਖਿਆਵਾਂ ਦੇ ਲਈ, ਪੰਜਾਬੀ ਵਿਸ਼ੇ ਦੇ ਲਈ ਬਹੁਤ ਹੀ ਮਹੱਤਵਪੂਰਨ ਅਤੇ ਉਪਯੋਗੀ ਨੇ। ਉਹਨਾਂ ਨੂੰ ਜ਼ਰੂਰ ਦੇਖੋ। ਮਾਸਟਰ ਕੈਡਰ ਦੀ ਪੰਜਾਬੀ ਦੇ ਲਈ ਮੇਰੇ ਇਸ ਚੈਨਲ ਦੇ ਨਾਲ ਲਗਾਤਾਰ ਬਣੇ ਰਹੋ। ਆਧੁਨਿਕ ਕਵੀਆਂ ਦੇ ਵਿੱਚ ਅਗਲੀ ਵੀਡੀਓ ਹੈ ਜੋ, ਉਹ ਹੈ ਅਵਤਾਰ ਸਿੰਘ ਸੰਧੂ ਉਰਫ ਪਾਸ਼। ਉਹਦੀ ਸਮੁੱਚੀ ਰਚਨਾਵਾਂ ਦੇ ਨਾਲ ਜਾਣ